挂没吧？啊！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 �ਆ ਛੋਟੇ ਭਰਾ ਨੂੰ ਜ਼ਲੀਲ ਕਰਾ ਦਿੱਤੇ ਹੈ ਹੈ ਛੋਟਾ ਬੜਾ ਫਰਦੀਨ ਖਾਨ ਹਾਂ ਥੱਲੇ ਲੱਗਾ ਬੀਵੀ ਦੇ ਪਰ ਥੱਲੇ ਨਹੀਂ ਲੱਗਾ ਤੂੰ ਅਚਾਨਕ ਉੱਤੋਂ ਆ ਗਿਆ ਅਚਾਨਕ ਤੂੰ ਨਹੀਂ ਆ ਥੱਲੇ ਲੱਗਾ ਹੈ ਪਰ ਥੱਲੇ ਆਪ ਆਪ ਲਿਖਿਆ ਹੁੰਦਾ ਤਾਂ ਥੱਲੇ ਨਾ ਲੱਗਦਾ ਹੈ ਇਹ ਕਿਸੇ ਨੇ ਲਿਖੀ ਹੈ ਆਪ ਲਿਖਿਆ ਹੁੰਦਾ ਤਾਂ ਹੀਰੋ ਹੀ ਹੁੰਦਾ ਦਮ ਦੇ ਮਾਰ ਜਾ ਬੀਵੀ ਦੇ ਥੱਲੇ ਲੱਗਾ ਹੈ ਹੈ ਮੈਂ ਨਾ ਤੂੰ ਵੀ ਨਾ ਗੱਲ ਕਰੀ ਨਹੀਂ ਮਜ਼ਾ ਆ ਰਿਹਾ ਮਾਮਾ ਚੌਂਸਾ ਚੂਪਣ ਡੀ
ਨਹੀਂ ਤੂੰ ਤੇ ਸਾਹਮਣੇ ਖੋਲੀ ਮੈਂ ਕਿਹਾ ਸਰਤਾਜ ਜੀ ਹਾਂ ਮੈਂ ਤੁਹਾਡੇ ਕੱਪੜੇ ਧੋ ਕੇ ਇਸਤਰੀ ਕਰਕੇ ਕੰਮ ਕੀਤੇ ਚੰਗਾ ਕੀਤੇ ਮੈਨੂੰ ਯਾਦ ਆਇਆ ਮੇਰੇ ਕੱਪੜੇ ਇਸਤਰੀ ਕੀਤੇ ਜੀ ਮੈਂ ਕੋਈ ਇਹਦੇ ਵਰਗਾ ਵੇਲਾ ਹਾਂ ਉਹਦਾ ਬੰਦਾ ਉਹ ਕੰਮ ਕਰੇ ਤੇ ਕਰੇ ਨਾ ਮੇਰਾ ਬੰਦਾ ਮੈਨੂੰ ਕੰਮ ਕਰੇ ਮੈਂ ਨਹੀਂ ਕਰਨਾ ਵੈਰੀ ਗੁੱਡ ਤੁਹਾਡੇ ਸਾਰੇ ਕੱਪੜੇ ਇਸਤਰੀ ਕੀਤੇ ਨੇ ਵੈਰੀ ਗੁੱਡ ਉਹਨੂੰ ਮੁਸੀਬਤ ਪੈਂਦੀ ਵੱਡੇ ਵੱਡੇ ਤੰਬੂ ਇਸਤਰੀ ਕਰਦੀ ਖਾਣਾ ਖਰਾਬ ਕਮੀਜ਼ ਹੀ 20 ਮਰਲਿਆਂ ਦੀ ਹੁੰਦੀ ਖਾਣਾ ਖਰਾਬ ਦੇ ਪੁੱਤ ਦੀ ਉਧਰੋਂ ਬੱਚਿਆਂ ਨੂੰ ਲੈ ਕੇ ਹੀਰੋਂ ਦੀ ਇਸਤਰੀ ਲੱਗ ਫਰ ਖੱਲੀਆਂ ਪੈ ਜਾਂਦੀਆਂ ਉਹਨੂੰ ਤੁਹਾਡੇ ਛੋਟੇ ਛੋਟੇ ਕੱਪੜੇ ਪੜਮ ਆ ਗਿਆ ਪੜਮ ਆ ਗਿਆ ਪੜਮ ਆ ਗਿਆ ਚਾਰ ਕੱਪੜੇ ਤੇ ਚਾਰ ਵਜੇ ਦੀ ਬਲੂਮ ਨਿਕਲੀ ਚਾਰ ਮੇਰੇ ਬੰਦੇ ਨੂੰ ਪੁੱਛਿਆ ਤਮੀਜ਼ ਨਾਲ ਨਹੀਂ ਮਿਲਦਾ ਤੂੰ ਆਰਾਮ ਕਰ ਸਾਲੇ ਤੇਰਾ ਮੂੰਹ ਲਾਲ ਹੁੰਦਾ ਜੋ ਮੇਰੀ ਵੀਰ ਨਾਲ ਲੜਨਾ ਲੜਨਾ ਤੂੰ ਸਾਨੂੰ ਫੁੱਲ ਮਜ਼ਾ ਆਉਂਦਾ ਹੀ ਨਾ ਕਰਿਆ ਕਰ अपनी उम्र की ਜੇ ਤਾਂ ਵੇਲਾ ਆਏਗਾ ਤਾਂ ਬੇਸਨਾਂ ਵਿੱਚ ਸਫਰੀ ਦਾ ਵਿਆਹ ਕਿਤੇ ਨਾਲ ਹੋਏਗਾ